दोस्तों, उम्मीद है आप सब खैरियत से होंगे। मैं हूँ जावेद इकबाल और आज मैं मौजूद हूँ जी फौज साहब के फार्म पे जी। ठीक है, माशाल्लाह। अस्सलाम वालेकुम उस्ताद जी, की हाल चाल है? ठीक हो? की नाम है अपना? मोहम्मद हसन भाई। ए लोकेशन अपनी दस्यो जरा। सही हो गया। तो किन्नी देर तू काम कर, कि बकरियां इस टाइम तुहाड़े को मौजूद हैं? बकरियां माशाल्लाह भी पंजी मौजूद ने, ते बचपन तो यही काम कर रहे हैं। बचपन तो यही कर रहे हो, सही है। ते अच्छा, ए जेडी तुसी तुहाड़े कोल आ बकरी खड़ी आ, हां जी, इहदा कोई नाम वगैरह रखे है? नहीं, इहदा नाम सही है। ए किन्ने दंद हो गई है? खोलो जरा दंद। 6 दंद हो गई आ। 6 दंद माशाल्लाह। ठीक है, इसका चेक करो। इहदे थल्ले इस टाइम दो बच्चे ने? सही है, माशाल्लाह। चेक कर लो नरमा दी। इन्हें नर केड़ा? काला काला नर है। ए काला नर है जी, ए मादी। माशाल्लाह चेक करो इन्हें पॉइंट जी। सही है। अच्छा, इन दुध की एवरेज है उस्ताद जी? दुध माशाल्लाह इहदे थल्ले हैगा 3 किलो। 3 किलो दुध है? हाँ, सही है। अगर कोई भाई बच्चों का शौक करना चाहे तो करवा दोगे? हाँ जी। नंबर शेयर कर दो। 0301। हाँ जी। 00। हाँ जी। 79-04। सही है जी, चेक कर लो माशाल्लाह। अच्छा, इतने बकरा तुहाडे कोल मौजूद है जिन्हें बच्चे ने? काले दे बच्चे ने। बच्चा जी वो काला खड़ा है जी, उनका भी शौक करवा देंगा जी। ठीक है, माशाल्लाह चेक करो। ਉਹਦੀ ਕੀ ਕੀ ਦੰਦ ਹੈ, ਕੀ ਹਾਈਟ ਆਂਦੀ? ਉਹ ਚੌਗਾ ਮੂੰਹ ਹੈ ਜੀ, 45 ਹਾਈਟ। 45 ਹਾਈਟ ਦੇ ਅੰਦਰ ਮਾਸ਼ਾਅੱਲਾ ਜੀ। ਬੱਚੇ ਚੈੱਕ ਕਰ ਲਓ। ਹਾਂਜੀ ਕਾਸ਼ਿਫ ਬਈ, ਬੱਚੇ ਕੈਸੇ ਨੇ? ਬੱਚੇ ਮਾਸ਼ਾਅੱਲਾ ਪੂਰੇ ਹਾਈ ਕੁਆਲਿਟੀ। ਪਿਓ ਤੇ ਗਏ ਆ ਜਾਂ ਮਾਂ ਤੇ ਗਏ ਨੇ? ਇੱਕ ਲੈ ਲਈ ਮਾਂ ਤੇ ਗਈ ਹੈ ਤੇ ਲੇਲਾ ਪਿਓ ਤੇ ਗਿਆ। ਸਹੀ ਹੋ ਗਿਆ ਜੀ। ਅੱਛਾ, ਇਹ ਕੀ ਦੁੱਧ ਕਿੰਨਾ ਦੇ ਰਹੀ ਹੈ, ਕੀ ਹਿਸਾਬਤਾ ਬੰਦਾ? ਦੁੱਧ ਇਹਦੇ ਥੱਲੇ 3 ਕਿਲੋ ਹੈਗਾ। 3 ਕਿਲੋ ਹੈਗਾ। ਇਹ ਖੋਲ ਕੇ ਉਤਾਰ ਕੇ ਚੈੱਕ ਕਰਾਓ ਜਰਾ। ਠੀਕ ਹੈ ਮਾਸ਼ਾਅੱਲਾ, ਇਸਦੇ ਹਾਰਡਵੇਅਰ ਜੋ ਹੈ ਮਾਸ਼ਾਅੱਲਾ ਚੈੱਕ ਕਰੋ। ਕਿਆ ਬਾਤ ਹੈ ਮਾਸ਼ਾਅੱਲਾ। ਔਰ ਇਹਦੀ ਹਾਈਟ ਵਗੈਰਾ ਕਿੰਨੀ ਹੋਏਗੀ? ਹਾਈਟ ਇਹਦੀ ਹੈ 40। 40 ਹਾਈਟ। ਸਹੀ ਹੈ ਜੀ, ਚੈੱਕ ਕਰ ਲਓ ਜੀ ਮਾਸ਼ਾਅੱਲਾ। ਬੱਚਿਆਂ ਨੂੰ ਪਿਲਾਇਆ ਪਲੁਇਆ, ਸ਼ਾਮ ਹੋ ਰਹੀ ਹੈ। ਠੀਕ ਹੈ, ਸਹੀ ਹੋ ਗਿਆ ਮਾਸ਼ਾਅੱਲਾ। ਔਰ ਬੱਚੇ ਫੁੱਲ ਐਕਟਿਵ ਹੈ ਮਾਸ਼ਾਅੱਲਾ ਜੀ। ਠੀਕ ਹੈ। ਅੱਛਾ, ਕਿਆ ਬਾਤ ਹੈ ਮਾਸ਼ਾਅੱਲਾ, ਚੈੱਕ ਕਰ ਲਓ ਜੀ ਮਾਸ਼ਾਅੱਲਾ। ਲੈ ਜੀ ਮਾਸ਼ਾਅੱਲਾ, ਨਾਗਰੇ ਡੱਬੇ ਦੇ ਅੰਦਰ ਆ ਗਈ ਬੱਕਰੀ। ਅੱਛਾ, ਇਹ ਦੱਸੋ ਕਿੰਨੀ ਦੇਰ ਤੋਂ ਇਹ ਬੱਕਰੀ ਤੁਹਾਡੇ ਕੋਲ ਆ? ਇਹ ਸਾਡੇ ਕੋਲ ਜੀ 3 ਸਾਲ ਹੋ ਗਏ। 3 ਸਾਲ ਹੋ ਗਏ ਨੇ। ਜੰਮਪਲ ਇੱਥੋਂ ਦਾ ਜੀ। ਸਹੀ ਹੈ। ਕਿੰਨੇ ਦੰਦ ਹੋ ਗਈ ਹੈ? 8 ਦੰਦ ਹੋ ਗਏ। ਸੂਏ ਕਿੰਨੇ ਦੇ ਚੁੱਕੀ ਹੈ? ਸੂਏ 3 ਸੂਏ ਦੇ ਚੁੱਕੀ ਹੈ, ਅੱਡੋ ਫੇਰ 16। ਸਹੀ ਹੈ। ਇਹਨੇ ਕੋਈ ਬੱਚੇ ਖੜੇ ਨੇ ਤੁਹਾਡੇ ਕੋਲ? ਨਹੀਂ, ਬੱਚੇ ਨਹੀਂ। ਕੋਈ ਨਹੀਂ ਖੜੇ। ਸਹੀ ਹੈ। ਇਸ ਟਾਈਮ ਹੁਣ ਗੱਬਾਂ ਨੇ ਖਾ ਲਈਏ, ਕੀ ਸੀਨ ਹੈ? ਕਿੰਨੇ ਮਹੀਨਿਆਂ ਦੀ ਆ? 5 ਤੋਂ 10 ਮਹੀਨਿਆਂ ਦੀ ਜੀ। ਸਹੀ ਹੈ। ਅਤੇ ਥਣ ਚੈੱਕ ਕਰ ਲਓ ਜੀ। ਪ੍ਰਧਾਨ ਸਹੀ ਹੈ। ਇਹਦੀ ਕੀ ਐਵਰੇਜ ਵਗੈਰਾ ਉਸਤਾਦ ਜੀ? ਦੁੱਧ ਕਿੰਨਾ ਦਿੰਦੀ ਰਹੀ ਆ? ਦੁੱਧ 4 ਸਿਰ ਕਰਦੀ ਰਹੀ। 4 ਸਿਰ ਕਰਦੀ ਰਹੀ ਮਾਸ਼ਾਅੱਲਾ। ਇਸਦਾ ਢਾਂਚਾ ਚੈੱਕ ਕਰੋ ਜੀ, ਖੁੱਲ੍ਹੀ ਬੱਕਰੀ ਆ ਮਾਸ਼ਾਅੱਲਾ। ਸਹੀ ਆ। ਔਰ ਫੇਸ ਚੈੱਕ ਕਰ ਲੈ, ਕਿਆ ਮਾਸ਼ਾਅੱਲਾ, ਕਿਆ ਬਾਤ ਹੈ ਮਾਸ਼ਾਅੱਲਾ। ਸਹੀ ਹੈ। ਉਸਤਾਦ ਜੀ ਇਹਦੀ ਹਾਈਟ ਚੈੱਕ ਕੀਤੀ ਜੀ, ਕਿੰਨੀ ਆ? ਹਾਈਟ ਇਹਦੀ 42 ਹੈ। ਇਸ ਟਾਈਮ ਕਿਤੋਂ ਆ ਸੁਬਾ, ਦੱਸ ਰਹੇ ਹੋ? 42 ਹਾਈਟ ਹੈ ਮਾਸ਼ਾਅੱਲਾ। ਸਹੀ ਹੈ। ਸੇਲ ਕਰ ਦਿਓ ਕਿ ਅਗਰ ਕੋਈ ਭਾਈ ਲੈਂਦਾ ਤੇ? ਕਰ ਦਿਆਂਗੇ। ਸਹੀ ਹੋ ਗਿਆ, ਨੰਬਰ ਭਾਈ ਦਾ ਆ ਗਿਆ ਜੀ। ਅਗਰ ਕਿਸੇ ਭਾਈ ਨੂੰ ਚਾਹੀਏ ਉਹ ਤਾਂ ਰਾਬਤਾ ਕਰ ਸਕਦਾ। ਉਸਤਾਦ ਜੀ ਕੈਸੀ ਬੱਕਰੀ ਹੈ? ਮਾਸ਼ਾਅੱਲਾ ਬਹੁਤ ਹੀ ਅੱਛੀ ਬੱਕਰੀ ਹੈ ਜੀ। ਸਹੀ ਆ। ਚੈੱਕ ਕਰੋ ਮਾਸ਼ਾਅੱਲਾ ਢਾਂਚਾ। ਇਹਦਾ ਕੋਈ ਬੱਚਾ ਵੀ ਨਹੀਂ ਇਸ ਟਾਈਮ ਤੁਹਾਡੇ ਕੋਲ ਮੌਜੂਦ? ਸਹੀ ਹੋ ਗਿਆ। ਅੱਗੇ ਆਓ ਉਸਤਾਦ ਜੀ, ਅਗਲੀ ਲੈ ਆਓ ਬੱਕਰੀ। ਟੋਰੋ ਜ਼ਰਾ ਹਲਕਾ ਜਿਹਾ। ਮਾਸ਼ਾਅੱਲਾ ਚੈੱਕ ਕਰੋ ਜੀ, ਕਿਆ ਬਾਤ ਹੈ। ਲੈ ਜੀ ਮਾਸ਼ਾਅੱਲਾ, ਚੈੱਕ ਕਰੋ ਜੀ। ਸਰ ਸਭ ਤੋਂ ਪਹਿਲੇ ਜੀ ਫੇਸ ਕੱਟ ਚੈੱਕ ਕਰ ਲੈ ਮਾਸ਼ਾਅੱਲਾ, ਚੈੱਕ ਕਰੇ ਮਾਸ਼ਾਅੱਲਾ। ਲਾਪਰ ਚੈੱਕ ਕਰੋ ਮਾਸ਼ਾਅੱਲਾ। ਉਸਤਾਦ ਜੀ ਕੀ ਦੰਦ ਹੋਈ ਹੈ? 6 ਦੰਦ ਹੋਈ ਹੈ ਜੀ। ਠੀਕ ਹੈ ਮਾਸ਼ਾਅੱਲਾ। ਅਤੇ ਕੀ ਹਾਈਟ ਵਗੈਰਾ, ਕੱਦ ਕੁੱਦ ਦਿੰਦਾ ਕਿੰਨਾ? 37 ਹਾਈਟ ਹੈ। ਅਤੇ ਸੂਆ ਕਿਤੋਂ ਆਉਂਦਾ? ਦੂਸਰਾ ਸੂਆ ਹੈ। ਸਹੀ ਹੈ। ਬੱਚੇ ਫਿਰਦੇ ਨੇ ਇਹਨੇ ਕੋਲ, ਇਹਦੇ ਤੁਹਾਡੇ ਕੋਲ ਬੱਚੇ? ਸਹੀ ਆ। ਅਤੇ ਇਹਨੇ ਕੀ ਐਵਰੇਜ ਵਗੈਰਾ ਦੁੱਧ ਦੀ? ਦੁੱਧ ਕਰਦੀ ਰਹੀ 4 ਸਿਰ। ਇਹ ਵੀ 4 ਸਿਰ ਕਰਦੀ ਰਹੀ ਹੈ। ਅਤੇ ਇਹ ਇਹ ਕਿਹੜੇ ਬੱਕਰੇ ਕੋਲ ਇਸ ਵਾਰੀ ਕ੍ਰਾਸ ਕਰਾਈ? ਸਾਰੇ ਕਾਲੇ ਬੱਕਰੇ ਕੋਲ ਕ੍ਰੋਸ ਕਰਾ ਦਿੱਤੀਆਂ ਨੇ? ਸਹੀ ਆ ਜੀ ਮਾਸ਼ਾਅੱਲਾ, ਕਿਆ ਬਾਤ ਹੈ। ਠੀਕ ਹੈ ਉਸਤਾਦ ਜੀ, ਇਹਨੂੰ ਟੋਰੋ, ਟੋਰ ਦਿਓ ਇਹਨੂੰ ਉਸਤਾਦ ਜੀ। ਮਾਸ਼ਾਅੱਲਾ ਚੈੱਕ ਕਰ ਸਕਦੇ ਹੋ, ਖੂਬਸੂਰਤ ਚੀਜ਼ ਹੈ।
ਉਸਤਾਦ ਜੀ ਕਿੰਨੇ ਦੰਦ ਹੋ ਗਈ ਏ ਅੱਠ ਦੰਦ ਹੋ ਗਈ ਏ ਤੇ ਸੂਆ ਇਹਦਾ ਕਿਤਵਾ ਤੀਸਰਾ ਸੂਆ ਹੈ ਜੀ ਸਹੀ ਹੈ ਤੇ ਹੁਣ ਸੂਣ ਵਾਲੀ ਏ ਦੁੱਧ ਵਾਲੀ ਕੀ ਸੀਨ ਏ ਇਹਦਾ ਤਿਆਰ ਆ ਮਾਸ਼ਾਅੱਲਾ ਜੀ ਤੇ 15 ਤੋਂ 20 ਦਿਨ ਲੈਂਦੀ ਏ ਸੂਣ ਨੂੰ ਇਹ ਵੀ ਉਹੀ ਕਾਲੇ ਪਕੜੇ ਤੋਂ ਕ੍ਰੋਸ ਹੋਈ ਏ ਨਹੀਂ ਇਹ ਕਾਲੇ ਡੱਬੇ ਤੋਂ ਜੀ ਸਹੀ ਆ ਚੈੱਕ ਕਰੋ ਮਾਸ਼ਾਅੱਲਾ ਸਹੀ ਆ ਇਹਦਾ ਕਿਤਵਾ ਸੂਆ ਜੀ तीसरा सूआ है माशाल्लाह जी ठीक है ते चेक करो माशाल्लाह ये कितने बच्चे पहले सूए देंदी रही है दो बच्चे देंदी है हर सूए दो बच्चे देंदी माशाल्लाह ते दूध की एवरेज देंदी है दूध 3.5 किलो दूध 3.5 किलो जी सही है माशाल्लाह ठीक है उस्ताद जी टोरो इन्हें जरा गल का चेक करो माशाल्लाह उस्ताद जी किन्ने दंद होई आ चार दोंदी सही आ ते किन्ना टाइम लेगी महीना लेंदी है चेक करो माशाल्लाह फेस क्या बात है माशाल्लाह ठीक है रेंज माशाल्लाह फर्स्ट टाइमर ठीक है थान चढ़ा चेक करो माशाल्लाह सही है क्या बात है माशाल्लाह इसको सही है छोड़ दो उस्ताद जी माशाल्लाह बेहतरीन हो गया जी क्या बात है माशाल्लाह ਸਾਜੇ ਨੂੰ ਖਾਣ ਪੀਣ ਚ ਕੀ ਦੇ ਰਹੇ ਹੋ ਅੱਜ ਕੱਲ ਬੱਕਰੀਆਂ ਨੂੰ ਖਾਣ ਪੀਣ ਚ ਗੰਦਮ ਤੇ ਪੱਠੇ ਸ਼ਾਮ ਨੂੰ ਗੰਦਮ ਦੇ ਪੱਠੇ ਚ ਦਿੰਦੇ ਹੋ ਬਸ ਇਸ ਤੋਂ ਇਲਾਵਾ ਕੋਈ ਚੀਜ਼ ਹੋਰ ਕੁਛ ਵੀ ਨਹੀਂ ਖਿਲਾਉਂਦੇ ਜੀ ਠੀਕ ਹੈ ਮਾਸ਼ਾਅੱਲਾ ਚੈੱਕ ਕਰ ਲਓ ਜਾਣ ਦੋ ਸਾਜ ਜੀ ਬਾਕੀ ਜੀ ਚੈੱਕ ਕਰੇ ਮਾਸ਼ਾਅੱਲਾ ये चीज है माशाल्लाह जी पहले भी चेक करवा चुका हूँ जी ठीक है क्या बात है माशाल्लाह ढांचा माशाल्लाह बहुत ओवर क्लास काशु भाई सारी बकरियां मैं बकरी पसंद आई है माशाल्लाह बकरी की हाइट ही बड़ी है नस्लों भी बड़ी चंगी है नस्ल भी अच्छी लग रही है वैसे मेरे हिसाब ने ना को रुली खुली फिर दी है हां जरा थोड़ी ना सर्दी सर्दी की वजह तो ना तो अपसेट हो रही है वैसे बकरी को फ्रेम बड़ा है बकरी को पेट बड़ा हां जी बहुत आउट क्लास चीज है माशाल्लाह बकरियां डेली थोड़ी लग जाती है हां जी बिल्कुल वही गल है ना के सर्दियां की वजह तो ना रुली फिर दी है थोड़ी ना खजकी है जरा जिवे डिस्टर्ब हो जी है कोई नहीं अल्लाह खैर करे हुन मौसम बदल गया इंशाल्लाह जी इंशाल्लाह सही है इन्हें बच्चे माशाल्लाह इंशाल्लाह जी ठीक है जी आज की ये थी जी वीडियो फौजी साहब के जी ये उनका माल है चेक करवा चुका हूँ जी ठीक है आज के लिए इतना ही उम्मीद करता हूँ पसंद आएगी वीडियो पसंद आए तो शेयर लाजमी कर दीजिएगा अल्लाह।